ਹਾਂਜੀ ਦੋਸਤੋ, ਜਿਹੜੇ ਕੈਂਡੀਡੇਟ 2023-24 ਵਾਲੇ ਹਨ, ਜਿਨ੍ਹਾਂ ਨੇ ਸਕੋਲਰਸ਼ਿਪ ਅਪਲਾਈ ਕੀਤਾ ਜਾਂ ਫਿਰ ਨਹੀਂ ਕੀਤਾ, ਜਿਨ੍ਹਾਂ ਦਾ ਕਿਸੇ ਵਜ੍ਹਾ ਦੇ ਕਾਰਨ ਸਕੋਲਰਸ਼ਿਪ ਅਪਲਾਈ ਹੋਣ ਤੋਂ ਰਹਿ ਗਿਆ ਹੈ ਦੋਸਤੋ, ਹੁਣ ਦੁਬਾਰਾ ਤੋਂ ਪੋਰਟਲ ਓਪਨ ਕਰ ਦਿੱਤਾ ਗਿਆ ਹੈ, ਰੀਓਪਨ ਕਰ ਦਿੱਤਾ ਗਿਆ ਹੈ। ਤੁਸੀਂ ਨਵੀਂ ਰਜਿਸਟ੍ਰੇਸ਼ਨ ਤੋਂ ਲੈ ਕੇ ਆਪਣੇ ਫੋਰਮ ਨੂੰ ਕੰਪਲੀਟ ਕਰ ਸਕਦੇ ਹੋ। ਵੀਡੀਓ ਵਾਚ ਕਰੋ ਤੁਸੀਂ ਚੈਨਲ ਦੇ ਵਿੱਚ, ਅਤੇ ਆਪਣੇ ਸਕੋਲਰਸ਼ਿਪ ਨੂੰ ਕੰਪਲੀਟ ਕਰ ਲਓ। ਜਿਨ੍ਹਾਂ ਸਾਥੀਆਂ ਦਾ ਪਿਛਲੇ ਟਾਈਮ ਦੇ ਵਿੱਚ ਫ੍ਰੀਸ਼ਿਪ ਕਾਰਡ ਬਣ ਗਿਆ ਸੀ, ਉਹ ਹੁਣ ਆਪਣਾ ਲੋਗਿਨ ਪੈਨਲ 'ਤੇ ਜਾ ਕੇ ਸਕੋਲਰਸ਼ਿਪ ਅਪਲਾਈ ਕਰ ਲੈਣ। ਤੁਹਾਨੂੰ ਮੈਂ ਇੱਥੇ ਡੇਟ ਦੱਸ ਦਿੰਦਾ ਹਾਂ ਜੋ ਤੁਹਾਡੀ ਹੁਣ ਬਦਲ ਕੇ ਆਈ ਹੈ। ਜਿਵੇਂ ਕਿ ਦੋਸਤੋ ਤੁਸੀਂ ਇੱਥੇ ਡੇਟ ਦੇਖੋਗੇ, ਸ਼ਡਿਊਲ ਟਾਈਮ ਤੁਹਾਡਾ ਅਪਡੇਟ ਹੋ ਚੁੱਕਿਆ ਹੈ। ਇਸ ਵਿੱਚ ਦੋਸਤੋ ਤੁਹਾਨੂੰ ਮੈਂ ਦੱਸਦਾ, 13 ਜੁਲਾਈ ਤੁਹਾਡੀ ਲਾਸਟ ਹੈ ਕੈਂਡੀਡੇਟ ਜਿਹੜੇ ਆਪਣੇ ਇੰਸਟੀਟਿਊਟ ਦੇ ਵਿੱਚ ਜਮ੍ਹਾਂ ਕਰਵਾਉਣਗੇ ਡਾਕੂਮੈਂਟ, 14 ਜੁਲਾਈ ਨੂੰ ਤੁਹਾਡੇ ਕਾਲਜ ਦੇ ਵਿੱਚ ਸਬਮਿਟ ਹੋਣਗੇ, ਅਤੇ 15 ਜੁਲਾਈ ਤੱਕ ਤੁਹਾਡਾ ਡਿਪਾਰਟਮੈਂਟ ਕਰੇਗਾ ਅਪਰੂਵਲ। ਤਾਂ ਇਹ ਦੋਸਤੋ ਅੱਜ ਦੀ ਅਪਡੇਟ ਸੀ, ਸਾਰਿਆਂ ਦੇ ਨਾਲ ਸ਼ੇਅਰ ਕਰ ਦਿਉ। ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਹਾਜ਼ਰ ਹੋਵਾਂਗੇ। ਜੈ ਹਿੰਦ ਦੋਸਤੋ।